ਅਸਲਾਮ ਵਾਲੇਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇਆਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ ਪ੍ਰੋਗਰਾਮ ਤੁਸੀਂ ਦੇਖ ਰਹੇ ਹੋ। ਹਸਬੇ ਵਾਦਾ ਅਸੀਂ ਪਹੁੰਚ ਕੇ ਦਰਬਾਰ ਸਾਹਿਬ ਕਰਤਾਰਪੁਰ ਦੇ ਅੰਦਰ, ਦਰਬਾਰ ਸਾਹਿਬ ਕਰਤਾਰਪੁਰ ਅੰਦਰ ਅੱਜ ਸਾਡੇ ਵੀਰ ਜੀ ਪਹੁੰਚੇ ਨੇ, ਗੁਰਜੀਤ ਵੀਰ ਜੀ ਪਹੁੰਚੇ ਨੇ, ਜਿਹੜੇ ਕਿ ਇੰਟਰਨੈਸ਼ਨਲ ਦਸਤਾਰ ਟ੍ਰੇਨਿੰਗ ਦਿੰਦੇ ਨੇ, ਵਰਕਸ਼ਾਪ ਲਾਉਂਦੇ ਨੇ। ਨਿਊਜ਼ੀਲੈਂਡ ਵੀ ਜਾ ਕੇ ਆਏ ਨੇ, ਉੱਥੇ ਵੀ ਬੱਚਿਆਂ ਨੂੰ ਇਹਨਾਂ ਨੇ ਦਸਤਾਰ ਦੀ ਟ੍ਰੇਨਿੰਗ ਦਿੱਤੀ ਹੈ, ਔਰ ਦਸਤਾਰ ਕਿਸ ਤਰੀਕੇ ਨਾਲ ਸਜਾਈ ਜਾਂਦੀ ਹੈ ਉਹਦਾ ਤਰੀਕਾ ਅੱਜ ਦੱਸਣਗੇ। ਪੰਜਾਬੀ ਦਸਤਾਰ ਕਿਸ ਤਰ੍ਹਾਂ ਬੰਨੀ ਜਾਂਦੀ ਹੈ, ਜਿਹਦੇ ਵਿੱਚ ਮੁਖਤਲਿਫ ਤਰੀਕੇ, ਜਿਸ ਤਰ੍ਹਾਂ ਕਿ ਤੁਹਾਨੂੰ ਦੱਸਿਆ ਸੀ ਅਸੀਂ ਕਿ ਮੁਖਤਲਿਫ ਤਰੀਕੇ ਦੱਸਣਗੇ ਇਹ ਦਸਤਾਰ ਦੇ, ਜਿਸ ਤਰ੍ਹਾਂ ਕਿ ਪੰਜਾਬੀ ਲੜ ਵਾਲੀ ਪੁਰਾਣੀ ਪੱਗ, ਫਿਰ ਉਸ ਤੋਂ ਬਾਅਦ ਪਟਿਆਲਾ ਸ਼ਾਹੀ, ਔਰ 52 ਕਲੀਆਂ ਵਾਲੀ ਜਿਹੜੀ ਹੈ ਕੇਸਕੀ ਦੁਮਾਲਾ, ਯਾਨੀ ਕਿ ਜਿਸ ਤਰ੍ਹਾਂ ਪੰਜਾਬੀ ਦਸਤਾਰਾਂ ਦੇ ਜਿਹੜੇ ਸਟਾਈਲ ਨੇ ਵੱਖੋ ਵੱਖ ਜਿਹੜੇ ਨੇ ਉਹ ਜਿਹੜੇ ਨੇ ਉਹ ਅੱਜ ਸਿਖਾਏ ਜਾਣਗੇ। ਅਤੇ ਚੱਲਦੇ ਹਾਂ ਜੀ, ਮੈਂ ਅੱਜ ਪਹਿਲੀ ਦਸਤਾਰ ਜਿਹੜੀ ਹੈ ਨਾ ਭਾਜੀ ਕੋਲੋਂ ਆਪਣੇ ਸਿਰ 'ਤੇ ਬਣਵਾਵਾਂਗਾ, ਔਰ ਫਿਰ ਅੱਗੇ ਅਸੀਂ ਜਿਹੜੀ ਹੈ ਹਾਂਜੀ ਭਾਅ ਜੀ, ਪਹਿਲੀ ਦਸਤਾਰ ਤਿਆਰ ਕਰ ਰਹੇ ਨੇ ਮੇਰੇ ਸਿਰ 'ਤੇ ਬੰਨਣ ਵਾਸਤੇ ਭਾਅ ਜੀ। 550th ਆਗਮਨ ਗੁਰਪੁਰਬ ਉੱਤੇ ਪਹਿਲੀ ਦਸਤਾਰ ਬਾਬਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਮੇਰੇ ਸਿਰ 'ਤੇ ਸਜੇਗੀ। ਭਾਈ ਜਾਨ ਨੀਚੇ ਬੈਠ ਲਓ ਯਾਰ, ਮਿਹਰਬਾਨੀ ਤੁਹਾਡੀ, ਥੱਲੇ ਬਹਿ ਜਾਓ। ਪਹਿਲੀ ਦਸਤਾਰ ਜਿਹੜੀ ਹੈ ਕਹਿ ਲਓ ਤੁਸੀਂ 550 ਸਾਲਾ ਆਗਮਨ ਪੂਰਬ ਬਾਬਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਅਸੀਂ ਜਿਹੜਾ ਮਿਸ਼ਨ ਲੈ ਕੇ ਆਏ ਸੀ ਭਾਈ ਸਾਹਿਬ ਇੰਟਰਨੈਸ਼ਨਲ ਦਸਤਾਰ ਐਵਾਰਡ ਯਾਫਤਾ ਨੇ ਜਿਹੜੇ ਕਿ ਡੇਰਾ ਬਾਬਾ ਗੁਰੂ ਨਾਨਕ ਤੋਂ ਆਏ ਨੇ, ਔਰ ਸਾਡੀ ਟੀਮ ਦਾ ਹਿੱਸਾ ਵੀ ਨੇ ਰੇਡੀਓ ਸਾਡੇਆਲਾ 87.8 FM ਔਕਲੈਂਡ ਨਿਊਜ਼ੀਲੈਂਡ ਤੋਂ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ, ਔਰ ਇਹ ਸਾਰਾ ਉਪਰਾਲਾ ਜਿਹੜਾ ਉਹ ਰੇਡੀਓ ਦੀ ਤਰਫੋਂ ਹੀ ਕੀਤਾ ਜਾ ਰਿਹਾ।
ਤੇ ਵੀਰ ਜੀ ਕੀ ਮੈਸੇਜ ਦੇਣਾ ਚਾਹੋਗੇ ਅੱਜ ਬਾਬਾ ਜੀ ਦੇ ਘਰ ਆਏ ਹੋ ਧੰਨ ਭਾਗ ਤੁਹਾਡੇ ਕਿ ਤੁਸੀਂ ਅੱਜ ਇਸ ਘਰ ਦੇ ਦਰਸ਼ਨ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ ਬਾਬਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿਉਂਕਿ ਆਲ ਓਵਰ 'ਚ ਤੁਹਾਨੂੰ ਸੁਣੀ ਆ ਦੁਨੀਆਂ ਸੁਣ ਰਹੀ ਆ ਅਤੇ ਰੇਡੀਓ ਸਾਡੇ ਵਾਲੇ ਦਾ ਜਦੋਂ ਤੁਸੀਂ ਜੁੜੇ ਹੋ ਕਾਫੀ ਦੇਰ ਦੇ ਨਵੇਂ ਤੋਂ ਨਵੇਂ ਗੁਰੂ ਘਰ ਦੇ ਦਰਸ਼ਨ ਕਰਵਾਉਂਦੇ ਹੋ ਨਵੇਂ ਤੋਂ ਨਵਾਂ ਈਵੈਂਟ ਕਰਦੇ ਹੋ ਅੱਜ ਤੁਸੀਂ ਦਸਤਾਰ ਦਾ ਪਾਕਿਸਤਾਨ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਉਪਰਾਲਾ ਕੀਤਾ ਹੈ ਉਹਦੇ ਲਈ ਤੁਹਾਡਾ ਦਿਲੋਂ ਧੰਨਵਾਦ ਅਤੇ ਇਸੇ ਤਰ੍ਹਾਂ ਆਪਾਂ ਰਲ ਮਿਲ ਕੇ ਸਾਰੀ ਦੁਨੀਆਂ ਦੇ ਭਰ ਵਿੱਚ ਆਪਾਂ ਜ਼ਰੂਰ ਕੁਛ ਨਾ ਕੁਛ ਉਪਰਾਲੇ ਇਹੋ ਜਿਹੇ ਕਰਦੇ ਰਹੀਏ ਇਹ ਭਾਈਚਾਰੇ ਦਾ ਆਪਾਂ ਸਾਥ ਦਈਏ ਇੱਥੇ ਇੱਕ ਬਹੁਤ ਵੱਡੀ ਮਿਸਾਲ ਪੈਦਾ ਹੋ ਗਈ ਆ ਕਿ ਜਿਸ ਅਸਥਾਨ 'ਤੇ ਆਪਾਂ ਅਰਦਾਸਾਂ ਕਰਦੇ ਸੀ ਦਰਸ਼ਨ ਕਰਨ ਨੂੰ ਅੱਜ ਉਸ ਅਸਥਾਨ 'ਤੇ ਅਸੀਂ ਖੜ੍ਹੇ ਹਾਂ ਅਤੇ ਦਸਤਾਰ ਦਾ ਕੈਂਪ ਲਾਇਆ ਦਾਸ ਵੀ ਉੱਥੇ ਅਰਦਾਸ ਕਰਦਾ ਸੀ ਦਾਸ ਜੀ ਵੀ ਸਤਿਗੁਰੇ ਜੀ ਬਾਬੇ ਨਾਨਕ ਨੇ ਅਰਦਾਸ ਸੁਣੀ ਆ ਅਤੇ ਅੱਜ ਇੱਥੇ ਆ ਕੇ ਅਸੀਂ ਦਸਤਾਰ ਦਾ ਕੈਂਪ ਲਾਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਤਾਰ ਦੇ ਮੁਤਲਕ ਇਹ ਕੁਛ ਥੋੜ੍ਹੇ ਲੋਕਾਂ ਦੀ ਗਲਤ ਫਹਿਮੀ ਹੈ ਕਿ ਦਸਤਾਰ ਜਿਹੜੀ ਹੈ ਸਿਰਫ ਉਹ ਸਿੱਖ ਵੀਰ ਹੀ ਸਜਾਉਂਦੇ ਹਨ ਲੇਕਿਨ ਮੈਂ ਸਭ ਨੂੰ ਦੱਸਣਾ ਚਾਹਾਂਗਾ ਕਿ ਪੰਜਾਬੀਆਂ ਦੇ ਸਿਰ ਦੀ ਸ਼ਾਨ ਹੈ ਦਸਤਾਰ ਅਗਰ ਤੁਸੀਂ ਸੈਂਟਰਲ ਪੰਜਾਬ ਦੇ ਵਿੱਚ ਸਰਗੋਦਾ ਏਰੀਆ ਸਿਆਲਕੋਟ ਨਾਰੋਵਾਲ ਸ਼ਕਰਗੜ੍ਹ ਔਰ ਇਹਦੇ ਮਲਾਕਾ ਜਿਹੜੇ ਇਲਾਕੇ ਨੇ ਜੰਮੂ ਦਾ ਏਰੀਆ ਅੱਜ ਵੀ ਉੱਥੇ ਦੀ ਦਸਤਾਰ ਜਿਹੜੀ ਹੈ ਅੱਜ ਵੀ ਲੋਕਾਂ ਦੇ ਸਿਰ 'ਤੇ ਬਿਲਕੁਲ ਸੇਮ ਹੈ ਦਸਤਾਰ ਦਾ ਕਿਸੇ ਮਜ਼ਹਬ ਨਾਲ ਤਲਕ ਨਹੀਂ ਹੈ ਦਸਤਾਰ ਪੰਜਾਬੀਆਂ ਦੀ ਸਦੀਆਂ ਤੋਂ ਇੱਕ ਪੁਰਾਤਨ ਤਵਾਰੀਖੀ ਜਿਹਨੂੰ ਕਹਿ ਲਵੋ ਕਿ ਤੁਸੀਂ ਸਿਰ ਢੱਕਣ ਦਾ ਜਿਹੜਾ ਪਹਿਲੇ ਵੱਡੇ ਬਜ਼ੁਰਗ ਜਿਹੜੇ ਸੀ ਬੱਚਿਆਂ ਨੂੰ ਬਚਪਨ ਤੋਂ ਸਿਰ ਢੱਕਣਾ ਸਿਖਾਉਂਦੇ ਸੀ ਦਸਤਾਰ ਉੱਥੋਂ ਸ਼ੁਰੂ ਹੋਈ ਸੀ ਦਸਤਾਰ ਦੀ ਇੱਕ ਬਹੁਤ ਵੱਡੀ ਵੈਲਿਊ ਹੈ ਅਗਰ ਸਮਝੀ ਜਾਏ ਬ੍ਰਿਟਿਸ਼ ਨੇ ਆ ਕੇ ਸਾਡੀ ਦਸਤਾਰ ਨੂੰ ਦਰਵਾਜ਼ਾ ਖੋਲ੍ਹਣ ਵਾਲਿਆਂ ਨੂੰ ਚੌਕੀਦਾਰਾਂ ਦੇ ਸਿਰ 'ਤੇ ਰੱਖੀ ਤਾਂ ਕਿ ਪੰਜਾਬੀਆਂ ਦੇ ਮਨ ਵਿੱਚ ਨਫ਼ਰਤ ਪੈਦਾ ਹੋਵੇ ਕਿ ਉਹ ਆਪਣੀ ਪੱਗ ਸਿਰ 'ਤੇ ਸਜਾਉਣ ਤੋਂ ਪਹਿਲੇ ਇੱਕ ਵਾਰੀ ਸੋਚਣ ਕਿ ਵੀ ਹਾਂ ਬਈ ਇਹ ਤਾਂ ਜਿਹੜੇ ਕਲਾਸ 3 ਦੇ ਮੁਲਾਜ਼ਮ ਹੈ ਉਹਨਾਂ ਦੇ ਸਿਰ ਦੇ ਉੱਤੇ ਲੱਗੀ ਹੋਈ ਹੈ ਹੋਟਲਾਂ ਦੇ ਗੇਟ ਖੋਲ੍ਹਣ ਵਾਲਿਆਂ 'ਤੇ ਲੱਗੀ ਹੋਈ ਹੈ ਤਾਂ ਸੋ ਆਪਾਂ ਅੱਜ ਇਸ ਮਿਸ਼ਨ ਦੇ ਉੱਤੇ ਇਸ ਦਿਨ ਦੇ ਉੱਤੇ ਇਸ ਚੀਜ਼ ਦਾ ਇੱਕ ਅੰਦੀਆ ਦਿੰਦੇ ਹਾਂ ਪੂਰੀ ਪੰਜਾਬੀ ਕੌਮ ਨੂੰ ਪੂਰੀ ਦੁਨੀਆਂ ਨੂੰ ਮੈਸੇਜ ਦਿੰਦੇ ਹਾਂ ਕਿ ਦਸਤਾਰ ਜਿਹੜੀ ਹੈ ਪੰਜਾਬੀਆਂ ਦੀ ਸਾਂਝੀ ਹੈ ਇਹਦਾ ਕਿਸੇ ਧਰਮ ਨਾਲ ਇਹਦਾ ਕਿਸੇ ਮਜ਼ਹਬ ਨਾਲ ਜਾਂ ਕਿਸੇ ਫਿਰਕੇ ਦੇ ਨਾਲ ਕਿਸੇ ਮਸਲਕ ਦੇ ਨਾਲ ਇਹਦਾ ਤਲਕ ਨਹੀਂ ਹੈ ਪੰਜਾਬੀ ਜਿਹੜੇ ਨੇ ਉਹ ਆਪਣੇ ਸਿਰ ਦੇ ਉੱਤੇ ਦਸਤਾਰ ਜਿਹੜੀ ਨੇ ਸਦੀਆਂ ਤੋਂ ਸਜਾਉਂਦੇ ਆਏ ਨੇ ਔਰ ਸਜਾਉਂਦੇ ਰਹਿਣਗੇ ਉਸੇ ਪੰਜਾਬੀ ਦਸਤਾਰ ਨੂੰ ਲੈ ਕੇ ਅਸੀਂ ਅੱਜ ਦਰਬਾਰ ਸਾਹਿਬ ਕਰਤਾਰਪੁਰ ਪਹੁੰਚੇ ਔਰ ਵੀਰ ਜੀ ਵੀ ਸਾਡੇ ਕੋਲ ਆਏ ਅੱਜ ਕਹਿ ਲਵੋ ਤੁਸੀਂ ਕਿ ਇਹ ਕੋਈ ਪ੍ਰੀ ਪਲੈਨ ਇਹਨਾਂ ਦੇ ਨਾਲ ਮੁਲਾਕਾਤ ਨਹੀਂ ਸੀ ਅਸੀਂ ਦਸਤਾਰਾਂ ਇੱਥੇ ਸਜਾਉਣੀਆਂ ਸਨ ਇਹਨਾਂ ਨੇ ਇੱਥੇ ਆਉਣਾ ਸੀ ਮੈਂ ਕਹਾਂਗਾ ਕਿ ਇਹ ਸਾਰਾ ਕੁਛ ਲਿਖਿਆ ਹੋਇਆ ਸੀ ਪਹਿਲੇ ਤੋਂ ਬਹੁਤ ਸ਼ੁਕਰੀਆ ਆਪ ਸਭ ਦਾ ਤੁਸੀਂ ਦੇਖੋ ਇਹ ਕਿੰਨੇ ਲੋਕ ਬੈਠੇ ਹੋਏ ਨੇ ਸਿਰਫ ਪੰਜਾਬੀ ਦਸਤਾਰ ਦੇਖਣ ਵਾਸਤੇ ਅਤੇ ਪੰਜਾਬੀ ਆਪਣੇ ਸਿਰ 'ਤੇ ਦਸਤਾਰ ਜਿਹੜੀ ਹੈ ਕਿਸ ਤਰੀਕੇ ਨਾਲ ਸਜਾਉਂਦੇ ਨੇ ਬਹੁਤ ਵਧੀਆ ਲੱਗ ਰਿਹਾ ਅਤੇ ਇਸੇ ਤਰ੍ਹਾਂ ਹੀ ਇਕੱਠ ਹੋਵੇ ਇਸੇ ਤਰ੍ਹਾਂ ਹੀ ਅਗਰ ਪਿਆਰ ਹੋਵੇ ਮੁਹੱਬਤ ਹੋਵੇ ਤਾਂ ਮੈਂ ਕਹਿੰਦਾ ਵਾਂ ਕਿ ਪੰਜਾਬੀ ਪੂਰੀ ਦੁਨੀਆਂ ਨੂੰ ਫਤਿਹ ਕਰ ਸਕਦੇ ਨੇ ਸੋ ਕੀ ਕਹਿੰਦੇ ਨੇ ਕਿ ਪੰਜਾਬੀ ਸਿਰਫ ਅਖਵਾਉਣ ਦੇ ਨਾਲ ਨਹੀਂ ਹੈ ਪੰਜਾਬੀ ਹੋਣ 'ਤੇ ਮਾਣ ਵੀ ਕਰਨਾ ਚਾਹੀਦਾ ਅਤੇ ਮਾਣ ਉਸੇ ਸੂਰਤ 'ਚ ਹੋਏਗਾ ਜਦੋਂ ਤੁਸੀਂ ਆਪਣਾ ਪਹਿਨਾਵਾ ਪੰਜਾਬੀ ਕਰੋਗੇ ਆਪਣੇ ਘਰ 'ਚ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੋਗੇ ਸੋ ਇਹ ਪੰਜਾਬੀ ਦਸਤਾਰ ਦੇ ਨਾਲ ਨਾਲ ਮਾਂ ਬੋਲੀ ਦੀ ਵੀ ਚਰਚਾ ਹੈ ਜੇ ਸਾਡੇ ਸਾਰੇ ਜਿਹੜੇ ਭਰਾ ਇੱਥੇ ਬੈਠੇ ਹੋਏ ਨੇ ਇਕੱਠੇ ਹੋਏ ਨੇ ਸਾਰਿਆਂ ਦਾ ਤਲਕ ਪੰਜਾਬ ਦੇ ਨਾਲ ਵੀ ਹੈ ਚਾਹੇ ਅਸੀਂ ਅੱਜ ਵੱਖੋ ਵੱਖ ਜ਼ਿਲ੍ਹਿਆਂ ਨਾਲ ਹਾਂ ਚਾਹੇ ਅਸੀਂ ਈਸਟ ਜਾਂ ਵੈਸਟ ਦੇ ਵਿੱਚ ਵੱਟੇ ਹੋਏ ਹਾਂ ਲੇਕਿਨ ਕੁੱਲ ਮਿਲਾ ਕੇ ਸਾਰਾ ਕੁਛ ਹੈ ਤਾਂ ਪੰਜਾਬ ਦੀ ਧਰਤੀ ਤਾਂ ਪੰਜਾਬ ਦੀ ਹੈ 22 ਡਾਇਲੈਕਟ ਨੇ ਪੰਜਾਬੀ ਦੇ ਚਾਹੇ ਉਹ ਮਾਝੀ ਦਾ ਹੋਵੇ ਚਾਹੇ ਉਹ ਦਿੱਲੇ ਦੀ ਵਾਰ ਦਾ ਹੋਵੇ ਚਾਹੇ ਉਹ ਸੰਧਲ ਦੀ ਵਾਰ ਦਾ ਹੋਵੇ ਚਾਹੇ ਉਹ ਨੀਲੀ ਵਾਰ ਦਾ ਹੋਵੇ ਚਾਹੇ ਉਹ ਦੁਆਬੇ ਦਾ ਹੋਵੇ ਚਾਹੇ ਉਹ ਅੰਮ੍ਰਿਤਸਰੀ ਸਟਾਈਲ ਹੋਵੇ ਅਤੇ ਭਾਵੇਂ ਉਹਦਾ ਜਿਹੜਾ ਵਾ ਉਹ ਜੰਮੂ ਦਾ ਲਹਿਜਾ ਹੋਵੇ ਭਾਵੇਂ ਉਹਦਾ ਸਿਆਲਕੋਟ ਦਾ ਹੋਵੇ ਜਾਂ ਪੋਠੋਹਾਰੀ ਹੋਵੇ ਜਾਂ ਹਿੰਦ ਤੋਂ ਹੋਵੇ ਭਾਵੇਂ ਧੰਮੀ ਦਾ ਹੋਵੇ ਠੀਕ ਹੈ ਜੀ ਅਤੇ ਸਾਰੇ ਲਹਿਜੇ ਜਿੰਨੇ ਵੀ ਨੇ ਉਹ ਮੇਰੀ ਮਾਂ ਬੋਲੀ ਦੇ ਨੇ ਸੋ ਮਾਂ ਬੋਲੀ ਔਰ ਦਸਤਾਰ ਦੋਵਾਂ ਦੀ ਚਰਚਾ ਕਰੋ ਆਓ ਰਲ ਕੇ ਅੱਜ ਦੇ ਦਿਨ ਨੂੰ ਜਿਹੜਾ ਉਹ ਪੰਜਾਬੀ ਦਸਤਾਰ ਡੇ ਜਿਹੜਾ ਟਰਬਨ ਡੇ ਜਿਹੜਾ ਉਹਨੂੰ ਅਸੀਂ ਰਲ ਕੇ ਮਨਾਈਏ ਜਿਸ ਤਰ੍ਹਾਂ ਕਿ ਆਪਾਂ ਅੱਜ ਭਾਈ ਸਾਹਿਬ ਦੇ ਨਾਲ ਇੱਥੇ ਆਏ ਹਾਂ ਕੋਸ਼ਿਸ਼ ਕਰਾਂਗੇ ਕਿ ਜਿੱਥੇ ਤੱਕ ਹੋਇਆ ਸਾਰੇ ਪੰਜਾਬੀਆਂ ਦੇ ਸਿਰ 'ਤੇ ਅੱਜ ਅਸੀਂ ਦਸਤਾਰ ਸਜਾਵਾਂਗੇ ਜਿਨ੍ਹਾਂ ਦੇ ਸਿਰ ਦੇ ਉੱਤੇ ਮੌਜੂਦ ਨਹੀਂ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਆਕਲੈਂਡ ਨਿਊਜ਼ੀਲੈਂਡ ਤੋਂ 87.8 FM ਰੇਡੀਓ